2 ਅਪ੍ਰੈਲ ਦੇ ਵਿੱਚ ਭਾਰਤ ਬੰਦ ਵਿੱਚ ਵੱਖ-ਵੱਖ ਪਾਰਟੀਆਂ ਦੇ ਐਸਸੀ ਕਮਿਊਨਿਟੀ ਦੇ ਲੀਡਰ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ। ਉੱਥੇ ਅੱਜ ਅਸੀਂ ਹਲਕਾ ਕਰਤਾਰਪੁਰ ਤੋਂ MLA ਸਾਹਿਬ ਚੌਧਰੀ ਸੁਰਿੰਦਰ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹਨਾਂ ਦੀ ਇਸ ਐਕਟ ਦੇ ਪ੍ਰਤੀ ਕੀ ਪ੍ਰਤੀਕਿਰਿਆ ਹੈ। ਜੀ ਸਰ, ਜਿਹੜਾ ਐਕਟ ਦੇ ਵਿੱਚ ਸ਼ਕਤੀਆਂ ਨੂੰ ਥੋੜ੍ਹਾ ਕਮਜ਼ੋਰ ਕੀਤਾ ਗਿਆ ਆ, ਸੁਪਰੀਮ ਕੋਰਟ ਦਾ ਫੈਸਲਾ ਕੀਤਾ ਗਿਆ, ਇੱਕ ਰੋਸ ਪਾਇਆ ਜਾ ਰਿਹਾ ਐਸਸੀ ਕਮਿਊਨਿਟੀ ਦੇ ਵਿੱਚ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਮੈਂ ਤਾਂ ਇੱਦਾਂ ਦੇਖਦਾ ਕਿ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਮਹਾਤਮਾ ਗਾਂਧੀ ਜੀ ਨੇ ਆਪਣਾ ਨੋਨ ਵਾਇਲੈਂਸ ਨਾਲ ਹੀ ਮਤਲਬ ਅਹਿੰਸਾ ਦੇ ਅਸੂਲ ਦੇ ਨਾਲ ਆਪਣਾ ਦੇਸ਼ ਆਜ਼ਾਦ ਹੋਇਆ ਸੀ। ਔਰ ਉਦੋਂ ਹੀ ਉਹਨਾਂ ਨੇ ਦੇਖਿਆ ਸੀ ਕਿ ਮਤਲਬ ਜਿਹੜਾ ਕਾਸਟਿਜ਼ਮ ਹੈਗਾ, ਜਾਤੀਵਾਦ ਹੈ, ਛੂਆਛਾਤ ਹੈ, ਅਨਟਚੇਬਿਲਟੀ ਹੈ, ਇਹਨੂੰ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਉਦੋਂ ਗੱਲ ਸ਼ੁਰੂ ਕੀਤੀ ਸੀ। ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਦੋਂ ਆਪਣਾ ਸੰਵਿਧਾਨ ਬਣਾਇਆ ਤਾਂ ਉਦੋਂ ਵੀ ਉਹਨਾਂ ਨੇ ਸਾਰਾ ਇਹ ਦੇਖਿਆ ਕਿ ਮਤਲਬ ਜਿਹੜੇ ਮਤਲਬ ਫਾਈਨੈਂਸ਼ਲੀ ਜਾਂ ਉੱਦਾਂ ਦਬੇ ਕੁਚਲੇ ਲੋਕ ਆ ਜਿਹੜੇ ਪਿੱਛੇ ਰਹਿ ਗਏ ਸਮਾਜ ਦੇ ਵਿੱਚ ਕੁਛ ਕਾਰਨਾਂ ਕਰਕੇ, ਉਹਨਾਂ ਨੂੰ ਤਾਂ ਉਠਾਉਣ ਵਾਸਤੇ ਉਹਨਾਂ ਨੇ ਰਿਜ਼ਰਵੇਸ਼ਨ ਦੀ ਪੋਲਿਸੀ ਵੀ ਅਡੋਪਟ ਕੀਤੀ ਔਰ ਜਿਹੜੀ ਅੱਜ ਕੱਲ੍ਹ ਚੱਲਦੀ ਵੀ ਔਰ ਚੱਲ ਵੀ ਰਹੀ ਹੈ। ਔਰ ਇਹ ਜਿਹੜਾ ਹੈਗਾ ਐਸਸੀ ਐਸਟੀ ਐਕਟ ਜਿਹੜਾ ਹੈਗਾ, ਇਹ ਮਤਲਬ ਗਰੀਬਾਂ ਔਰ ਦਲਿਤਾਂ 'ਤੇ ਜਿਹੜਾ ਅੱਤਿਆਚਾਰ ਜਿਹੜਾ ਹੁੰਦਾ ਉਹਨੂੰ ਮਤਲਬ ਰੋਕਣ ਵਾਸਤੇ ਇਹ ਸ਼੍ਰੀ ਰਾਜੀਵ ਗਾਂਧੀ ਜੀ ਨੇ ਬਣਾਇਆ ਸੀਗਾ। ਕਾਂਗਰਸ ਪਾਰਟੀ ਹਮੇਸ਼ਾ ਪ੍ਰੋ ਮਤਲਬ ਐਸਸੀਜ਼ ਰਹੀ ਹੈ। ਐਸਸੀਜ਼ ਵਾਸਤੇ ਜਦੋਂ ਵੀ ਕੋਈ ਵੈਲਫੇਅਰ ਦੀਆਂ ਸਕੀਮਸ ਬਣੀਆਂ, ਚਾਹੇ ਸਟੇਟ ਲੈਵਲ 'ਤੇ ਬਣੀਆਂ, ਚਾਹੇ ਕੋਈ ਗਵਰਨਮੈਂਟ ਆਫ ਇੰਡੀਆ ਲੈਵਲ 'ਤੇ ਬਣੀਆਂ, ਤਾਂ ਕਾਂਗਰਸ ਗਵਰਨਮੈਂਟ ਵੇਲੇ ਬਣੀਆਂ। ਔਰ ਦੂਜੀਆਂ ਪਾਰਟੀਆਂ ਜਦੋਂ ਆਉਂਦੀਆਂ ਉਹ ਤਾਂ ਮਤਲਬ ਜਿੱਦਾਂ ਰਿਲੀਜੀਅਸ ਫਨੈਟਿਕ ਹੁੰਦੇ ਆ, ਮਤਲਬ ਜਿਹੜੀ ਧਾਰਮਿਕ ਕੱਟੜਪੰਥੀ ਆ, ਉਹ ਤਾਂ ਉੱਦਾਂ ਦੀਆਂ ਸਕੀਮਾਂ ਮਤਲਬ ਲਿਆਉਂਦੇ ਆ। ਤਾਂ ਹੁਣ ਵੀ ਇੱਦਾਂ ਹੀ ਆ ਕਿ ਇਹ ਜਿਹੜਾ ਇਹਦੇ ਨਾਲ ਇਸ ਐਕਟ ਦੇ ਨਾਲ ਛੇੜਛਾੜ ਕਰਨਾ ਮਤਲਬ ਕਹਿਣ ਦਾ ਮਤਲਬ ਇਹਨੂੰ ਕਮਜ਼ੋਰ ਕੀਤਾ ਜਾ ਰਿਹਾ। ਪਹਿਲਾਂ ਜਿਹੜਾ ਸੀਗਾ ਐਕਟ ਸੀਗਾ ਕਿ ਕੋਈ ਵੀ ਮਤਲਬ ਕਿਸੇ ਨੂੰ ਕੋਈ ਕਿਸੇ ਜਾਤ ਬਰਾਦਰੀ 'ਤੇ ਕੋਈ ਟੀਕਾ ਟਿੱਪਣੀ ਕਰਦਾ, ਕੋਈ ਉਹਨੂੰ ਨਾਂ ਲੈ ਕੇ ਜਾਂ ਹੋਰ ਕੋਈ ਚੰਗਾ ਮਾੜਾ ਕਹਿੰਦਾ ਸੀ, ਤਾਂ ਇਸ ਕਰਕੇ ਐਕਟ ਬਣਾਇਆ ਸੀ ਕਿ ਉਹਨੂੰ ਕਾਨੂੰਨੀ ਤੌਰ 'ਤੇ ਮਤਲਬ ਉਹਨੂੰ ਉਹਦੀ ਜਿਹੜੀ ਬੰਦੀ ਜਿਹੜੀ ਸਜ਼ਾ ਉਹ ਦਿੱਤੀ ਜਾ ਸਕੇ। ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਸਾਰੇ ਲੋਕ ਮਾੜੇ ਆ, ਜੇ ਉਹ ਨਹੀਂ ਕਹਿੰਦਾ, ਪਰ ਹਰ ਮਤਲਬ ਪਾਸੇ ਮਤਲਬ ਹਰ ਕੋਈ ਮਤਲਬ 100% 'ਚੋਂ 2-4 ਬੰਦੇ ਜ਼ਰੂਰ ਐਸੇ ਹੁੰਦੇ ਜਿਹੜੇ ਮਤਲਬ ਜਿਨ੍ਹਾਂ ਦਾ ਦਿਮਾਗ ਵਿੱਚ ਥੋੜ੍ਹਾ ਜਿਹਾ ਖਾਨਾ ਖਰਾਬ ਹੁੰਦਾ, ਉੱਦਾਂ ਦੇ ਬੰਦਿਆਂ ਨੂੰ ਅਹਿਸਾਸ ਵੀ ਹੋਣਾ ਚਾਹੀਦਾ, ਉਹਨਾਂ ਦਾ ਉੱਦਾਂ ਦੇ ਬੰਦਿਆਂ ਨੂੰ ਅਹਿਸਾਸ ਕਰਵਾਉਣ ਵਾਸਤੇ ਇਹ ਜਿਹੜਾ ਐਕਟ ਬਣਾਇਆ ਗਿਆ ਸੀ। ਔਰ ਜੇ ਅੱਜ ਆਪਾਂ ਇਹਨੂੰ ਕਮਜ਼ੋਰ ਕਰ ਦਿੰਦੇ ਹਾਂ ਤਾਂ ਉੱਦਾਂ ਦੇ ਬੰਦਿਆਂ ਦੇ ਜਿਹੜੇ ਹੌਂਸਲੇ ਆ ਉਹ ਦੁਬਾਰਾ ਫਿਰ ਵਧਣੇ ਆ। ਸਰ, ਪੂਰੇ ਪੰਜਾਬ ਦੇ ਵਿੱਚ ਕੱਲ੍ਹ ਨੂੰ ਕਾਂਗਰਸ ਪਾਰਟੀ ਵੀ ਵੱਡੇ ਪੱਧਰ ਦੇ ਰੋਸ ਪ੍ਰਦਰਸ਼ਨ ਕਰ ਜਾ ਰਹੀ ਹੈ, ਭਾਰਤ ਬੰਦ ਦਾ ਸਮਰਥਨ ਦੇ ਰਹੀ ਹੈ ਕਾਂਗਰਸ ਪਾਰਟੀ? ਕਾਂਗਰਸ ਪਾਰਟੀ ਤਾਂ ਹਮੇਸ਼ਾ, ਮੈਂ ਕਿਹਾ ਕਿ ਹਮੇਸ਼ਾ ਗਰੀਬਾਂ ਦੇ ਅੱਤਿਆਚਾਰ ਜਾਂ ਗਰੀਬਾਂ ਦੇ ਮਤਲਬ ਨਾਲ ਹੀ ਰਹੀ ਹੈ, ਦਲਿਤਾਂ ਦੇ ਨਾਲ ਰਹੀ ਹੈ। ਦਲਿਤਾਂ ਵਾਸਤੇ ਜੋ ਕੰਮ ਕੀਤਾ ਕਾਂਗਰਸ ਪਾਰਟੀ ਨੇ ਕੀਤਾ, ਔਰ ਕਾਂਗਰਸ ਪਾਰਟੀ ਤਾਂ ਉਹਦੇ ਵਾਸਤੇ ਕਰੂਗੀ ਕੁਛ ਨਾ ਕੁਛ, ਹਾਂ ਉਹਦੇ ਨਾਲ ਹੀ ਆ। ਹਾਂ, ਅਤੇ ਤੁਸੀਂ ਕੀ ਸੋਚਦੇ ਹੋ ਜਿਹੜਾ ਇਹ ਕਮਜ਼ੋਰ ਕੀਤਾ ਜਾ ਰਿਹਾ, ਇਸ ਪਿੱਛੇ ਕੀ ਕਾਰਨ ਹਨ? ਇਹਦੇ ਪਿੱਛੇ ਕਾਰਨ ਤਾਂ ਇਹੀ ਆ, ਜਿਹੜੇ ਇਸ ਵੇਲੇ ਜਿਹੜੀ ਮੋਦੀ ਸਰਕਾਰ ਹੈ ਉਹ ਕੁਛ ਨਾ ਕੁਛ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਮਤਲਬ ਸਾਡਾ ਜਿਹੜਾ ਜਲਜਲਾ ਜਿਹਾ ਜਿਹੜਾ ਹੈਗਾ ਜੋ ਅਸੀਂ ਹੈਗੇ ਉਹ ਇੱਦਾਂ ਹੀ ਬਣਿਆ ਰਹੇ, ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਗੱਲ ਚੱਲਦੀ ਸੀ ਉਹੀ ਮੁੜ ਕੇ ਉਹ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਦੇ, ਪਰ ਅੱਜ ਜ਼ਮਾਨਾ ਸਾਰਾ ਬਦਲ ਗਿਆ, ਅੱਜ ਉਹ ਚੀਜ਼ਾਂ ਤੋਂ ਹੋ ਨਹੀਂ ਸਕਦੀ, ਰਿਪੀਟ ਥੋੜ੍ਹਾ ਹੋ ਸਕਦੀਆਂ। ਹਾਂ, ਅਤੇ ਕੱਲ੍ਹ ਨੂੰ ਕਰਤਾਰਪੁਰ ਵਿਖੇ ਰੋਸ ਪ੍ਰਦਰਸ਼ਨ ਤੁਸੀਂ ਕਿਸ ਜਗ੍ਹਾ 'ਤੇ ਕਰ ਰਹੇ ਹੋ? ਕਰਤਾਰਪੁਰ ਵਿੱਚ ਤਾਂ ਬੰਦ ਵਾਸਤੇ ਮੈਂ ਕੱਲ੍ਹ ਵੀ ਮੀਟਿੰਗ ਕੀਤੀ ਸੀ, ਪਰਸੋਂ ਵੀ ਮੀਟਿੰਗ ਕੀਤੀ ਸੀ। ਮੈਂ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਆਪਾਂ ਜਿਹੜਾ ਬੰਦ ਦਾ ਸਮਰਥਨ ਆਪਾਂ ਕਰਨਾ, ਬੰਦ ਕਰਨਾ, ਉਹ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਾ ਚਾਹੀਦਾ, ਉਹਦੇ ਵਿੱਚ ਆਪਾਂ ਕੋਈ ਵਾਇਲੈਂਸ ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ ਕਰਨੀ, ਕਿਉਂਕਿ ਆਪਾਂ ਹਿੰਦੁਸਤਾਨ ਦੇ, ਆਪਾਂ ਪੰਜਾਬ ਦੇ ਇੱਕ ਚੰਗੇ ਸ਼ਹਿਰੀ ਹਾਂ, ਔਰ ਇਹ ਜਿਹੜੀ ਚੀਜ਼ ਹੈਗੀ ਹੈ ਇਹ ਮਤਲਬ ਠੀਕ ਠਾਕ ਹੀ ਹੋਣੀ ਚਾਹੀਦੀ, ਕੋਈ ਇੱਦਾਂ ਦੀ ਗੱਲ ਨਹੀਂ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹੀ ਮਤਲਬ ਚਾਹੁੰਦਾ ਕਿ ਉਹ ਵੀ ਇਸ ਕੇਸ ਨੂੰ ਮਤਲਬ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਰਿਵਿਊ ਕਰਨ, ਕਿਉਂਕਿ ਉਹਨਾਂ ਦੀ ਗਲਤੀ ਨਾਲ ਹੀ, ਇੱਕ ਸੋਚੀ ਸਮਝੀ ਸਾਜਿਸ਼ ਦੇ ਨਾਲ ਹੀ ਉਹਨਾਂ ਨੇ, ਜਿੱਥੇ ਕਿ ਦੂਜਾ ਹਿੰਦੁਸਤਾਨ ਦਾ ਅਟੋਰਨੀ ਜਨਰਲ ਨੇ ਜਿਹੜਾ ਜਾ ਕੇ ਆਪਣਾ ਕੇਸ ਜਿਹੜਾ ਲੜਨਾ ਸੀ, ਉੱਥੇ ਉਹਨਾਂ ਬਿਲਕੁਲ ਕੋਈ ਜੂਨੀਅਰ ਵਕੀਲ ਜਿਹੜਾ ਸੀਗਾ, ਅਡੀਸ਼ਨਲ ਸੋਲੀਸਿਟਰ ਜਨਰਲ ਜਿਹੜਾ ਹੈਗਾ, ਉਹਨੂੰ ਜਾ ਕੇ ਉੱਥੇ ਸੁਪਰੀਮ ਕੋਰਟ 'ਚ ਪੇਸ਼ ਹੋਣ ਲਈ ਕਿਹਾ, ਜਿਹੜਾ ਕਿ ਪ੍ਰੋਪਰ ਇਹਦੀ ਕੇਸ ਦੀ ਪੈਰਵਾਈ ਨਹੀਂ ਕਰ ਸਕਿਆ, ਜਿਹਦੇ ਨਾਲ ਕਿ ਸਾਰੀ ਗੱਲ ਕੱਲ੍ਹ ਨੂੰ ਧਰਨੇ ਲੱਗਣੇ ਆ ਜਾਂ ਸ਼ਹਿਰ ਬੰਦ ਕੀਤੇ ਜਾਣੇ, ਜੇਕਰ ਉੱਥੋਂ ਕੋਈ ਐਂਬੂਲੈਂਸ ਜਾਂ ਕਿਸੇ ਮਰੀਜ਼ ਨੇ ਲੰਘਣਾ ਜਾਂ ਕਿਸੇ ਦਾ ਵਿਆਹ ਸ਼ਾਦੀ ਆ ਜਾਂ ਕੋਈ ਵੀ ਲੋੜਵੰਦ ਵਿਅਕਤੀ ਆ ਉਸਨੂੰ ਲੰਘਣ ਦਿੱਤਾ ਜਾਵੇਗਾ ਕਿ ਉਹਨਾਂ ਲਈ ਵੀ ਇਸ ਦਾ ਸਾਹਮਣਾ ਕਰਨਾ ਪਵੇਗਾ? ਨਹੀਂ, ਜੇ ਕੋਈ ਮਰੀਜ਼ ਆ, ਕੋਈ ਵਿਆਹ ਸ਼ਾਦੀ ਜਾਂ ਕੋਈ ਫੰਕਸ਼ਨ ਆ, ਕੋਈ ਜ਼ਰੂਰੀ ਕੋਈ ਕੰਮ ਕਾਰ ਆ, ਉਹਦੇ ਵਾਸਤੇ ਲੰਘਣਾ ਨਹੀਂ ਦੇਣਾ ਚਾਹੀਦਾ, ਉਹਦੇ ਵਿੱਚ ਨਹੀਂ ਉਹ ਨਹੀਂ ਰੋਕਣਾ ਚਾਹੀਦਾ।
ਤੇ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਮਤਲਬ ਕੱਲ੍ਹ ਜਿਹੜਾ ਦੋ ਦਾ ਬੰਦ ਆ ਉਹਦੇ ਵਿੱਚ ਸਾਰੇ ਸਹਿਯੋਗ ਦੇਣ, ਕਿਉਂਕਿ ਆਪਾਂ ਸਾਰੇ ਇਕੱਠੇ ਹਾਂ, ਸਾਰੇ ਹਿੰਦੁਸਤਾਨੀ ਹਾਂ, ਸਾਰੇ ਪੰਜਾਬੀ ਹਾਂ, ਔਰ ਜੇ ਕਿਸੇ ਦੇ ਨਾਲ ਕੋਈ ਜੇ ਕਿਸੇ ਤਰ੍ਹਾਂ ਦੀ ਜਾਤੀ ਹੁੰਦੀ ਤਾਂ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਮਤਲਬ ਉਹਦਾ ਸਾਥ ਦੇਣਾ ਚਾਹੀਦਾ, ਜਿਹਦੇ ਕਰਕੇ ਮਤਲਬ ਆਪਾਂ ਇੱਕ ਚੰਗਾ ਸਮਾਜ ਬਣਾ ਸਕੀਏ। ਔਰ ਦੁਨੀਆ ਤਾਂ ਅੱਜ ਕਿਤੇ ਦੀ ਕਿਤੇ ਚਲੇ ਗਈ, ਅਮਰੀਕਾ ਕਿਤੇ ਚਲਾ ਗਿਆ, ਗਾਂਹ ਤੋਂ ਗਾਂਹ ਮਾਰਸ 'ਤੇ ਚਲੇ ਗਏ, ਤਾਂ ਆਪਾਂ ਹਾਲੇ ਇੱਦਾਂ ਦੀਆਂ ਚੀਜ਼ਾਂ ਵਿੱਚ ਛੋਟੀ ਛੋਟੀਆਂ ਚੀਜ਼ਾਂ ਦੇ ਵਿੱਚ ਫਸੇ ਹਾਂ, ਤਾਂ ਮਤਲਬ ਇਹਦੇ ਵਿੱਚ ਸਾਰੇ ਇਕੱਠੇ ਰਲ ਕੇ ਇਹਦੀ ਸਾਰਾ ਮਤਲਬ ਆਪਣਾ ਸੋਚ ਵਿਚਾਰ ਕੇ, ਪੜ੍ਹੇ ਲਿਖੇ ਆਪਾਂ ਹੈਗੇ ਹਾਂ, ਮਤਲਬ ਸੋਚ ਵਿਚਾਰ ਕੇ ਸਾਰਾ ਕੰਮ ਕਰਨਾ ਚਾਹੀਦਾ।